कि किसान ते दूरी तीरी मार पै रही है। पहला तो काले कानूना करके उत्थे साडे जिहड़े बजुर्ग ने मावां ने बच्चे ने नौजवान मुंडे ने ਉਹ ਉੱਥੇ 5.5 ਮਹੀਨਿਆਂ ਤੋਂ ਬੈਠੇ ਨੇ। ਫਿਰ ਕਣਕ ਜਿਹੜੀ ਹੈ ਇਸ ਵਾਰ ਜਿਹੜੀ ਕਿ ਕਣਕ ਉਹ ਫਸਲ ਹੈ ਜਿਹੜੀ ਅੱਧੀ ਤਾਂ ਸਾਡੇ ਘਰੇ ਰੱਖੀ ਜਾਂਦੀ ਹੈ ਕਿ ਅਸੀਂ ਆਪਦੇ ਖਾਣ ਵਾਸਤੇ ਰੱਖਦੇ ਖਾਕਾਂ ਵਾਸਤੇ। ਇਸ ਵਾਰ ਝਾੜ ਵੀ ਘੱਟ ਹੈ, ਕੋਈ ਲਗਭਗ 45 ਮਨ ਦਾ ਮਤਲਬ ਦੜਾ ਪੈ ਰਿਹਾ, ਜਾਨੀ ਕਿ 10 ਤੋਂ 15 ਮਨ ਝਾੜ ਵੀ ਘੱਟ ਹੈ। ਮੰਡੀਆਂ ਚ ਕੋਈ ਓਵਰਫਲੋ ਹੋਣ ਦਾ ਕੋਈ ਚਾਂਸ ਨਹੀਂ। ਇਹ ਫਸਲ ਤਾਂ ਉਹ ਫਸਲ ਹੈ, ਮੈਂ ਆਪ ਖੁਦ ਇਸੇ ਮੰਡੀ ਚ ਲੈ ਕੇ ਆਉਂਦਾ ਰਿਹਾ ਚੀਮੇ ਵਾਲੀ ਚ ਪਿਸਤੌਲ ਤੋਂ ਆਪਣੀ ਜਿਹੜੀ ਕਣਕ। ਆ ਬਜ਼ੁਰਗ ਮੇਰੇ ਕੋਲ ਖੜੇ ਨੇ, 20 ਦਿਨ ਹੋ ਗਏ ਇਹਨਾਂ ਨੂੰ 20 ਦਿਨ ਕਣਕ ਵੇਚਣ ਵਾਸਤੇ। ਇਸ ਤੋਂ ਵੱਧ ਸ਼ਰਮ ਦੀ ਗੱਲ ਨਹੀਂ ਹੋ ਸਕਦੀ, ਅਫਸਰਾਂ ਲਈ ਵੀ ਸਰਕਾਰਾਂ ਲਈ ਵੀ। ਤੇ ਮੈਂ ਜਦੋਂ ਫੋਨ ਕੀਤਾ ADC ਸਾਹਿਬ ਨੂੰ ਕਿ ਬਾਰਦਾਨਾ ਹੈ ਨਹੀਂ, 50,000 ਬੋਰੀ ਆਈ ਹੈ, 2.25 ਲੱਖ ਦਾ ਟਾਰਗੇਟ ਹੈ, ਹਜੇ 25% ਵੀ ਨਹੀਂ ਪਹੁੰਚੇ। ਉਹ ਕਹਿੰਦੇ ਹੁਣੀ ਭੇਜ ਦੇ ਜੀ, ਹੁਣੀ ਭੇਜ ਦੇ। ਮਤਲਬ ਹੈਰਾਨੀ ਦੀ ਗੱਲ ਹੈ। ਉੱਤੋਂ ਕੱਲ ਵਾਲਾ ਝੱਖੜ ਚਲੋ ਇਧਰਲੇ ਪਾਸੇ ਥੋੜਾ ਜਿਹਾ ਬਚਾ ਹੈ, ਉਧਰ ਮਾਰ ਕਰ ਗਿਆ ਅਸਲ ਮੂਹਰੇ ਪਰਲੇ ਪਾਸੇ। ਤੇ ਉਹ ਜਿਹੜੀ ਫਸਲ ਖਰਾਬ ਹੋ ਗਈ ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਜੇ ਜਿਹੜੀ ਫਸਲ ਭਿੱਜ ਗਈ ਕੱਲ ਝੱਖੜ ਚ, ਜੇ ਉਹ ਵਿਕੀ ਹੁੰਦੀ ਟਾਈਮ ਤੇ, ਤਾਂ ਸ਼ਾਇਦ ਉਹ ਨਾਲੇ ਤਾਂ ਸ਼ੈਲਰ ਚ ਹੁੰਦੀ, ਉਹ ਵੀ ਸੇਫ ਹੁੰਦੀ ਉੱਥੇ, ਤੇ ਨਾਲੇ ਉਹ ਕਿਸਾਨ ਨੂੰ ਜ਼ਿਮੀਦਾਰ ਨੂੰ ਕੋਈ ਨੁਕਸਾਨ ਨਾ ਹੁੰਦਾ। ਉੱਤੋਂ ਠੇਕੇ ਵਾਲੇ ਜਿਹੜੇ ਨੇ, ਜਿਨ੍ਹਾਂ ਨੇ ਠੇਕੇ ਤੇ ਜ਼ਮੀਨ ਲਈ ਹੈ, ਉਹਨਾਂ ਦਾ ਜਿੰਨਾ ਕੁ ਬਚਣਾ ਹੁੰਦਾ ਉਹਨਾਂ ਕੁ ਝਾੜ ਘੱਟ ਹੀ ਗਿਆ, ਉਹ ਤਾਂ ਮਸਾਂ ਪੂਰਾ ਹੀ ਹੋਊਗਾ ਇਸ ਕੀ। ਤੇ ਉੱਤੋਂ ਜਿਹੜੇ ਰੁੜਦੇ ਨੇ ਫਰਦਾਂ ਲਿਓ ਉਹ ਲਿਓ। ਸੋ ਇਸ ਕਰਕੇ ਇਹ ਇੱਕ ਕਿਸਮ ਦਾ ਬਦਲਾ ਲਓ ਨੀਤੀ ਬਣਾਈ ਇਹਨਾਂ ਨੇ, ਜਿਹੜੀ ਕੇਂਦਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ, ਕਿ ਤੁਸੀਂ ਸਾਡੇ ਵਿਰੁੱਧ ਨਾਅਰੇ ਲਾਉਂਦੇ ਹੋ, ਤੁਹਾਨੂੰ ਅਸੀਂ ਬੰਦੇ ਬਣਾਵਾਂਗੇ। ਇਹ ਨੀਤੀ ਜਿਹੜੀ ਬਹੁਤ ਗਲਤ ਹੈ। ਕਿਸਾਨਾਂ ਤੇ ਆੜ੍ਹਤੀਆਂ ਦਾ ਰਿਸ਼ਤਾ ਜਿਹੜਾ 9 ਮਾਸ ਦਾ ਰਿਸ਼ਤਾ ਉਹ ਤੋੜ ਕੇ ਰੱਖਤਾ, ਅਸੀਂ ਡਾਇਰੈਕਟ ਟ੍ਰਾਂਸਫਰ ਕਰਾਂਗੇ ਜੀ। ਅਸੀਂ ਆੜ੍ਹਤੀ ਵੀ ਜਿਹੜੇ ਨੇ ਉਹ ਬੈਠੇ ਨੇ ਧਰਨਿਆਂ ਤੇ, ਕਿਸਾਨ ਵੀ ਬੈਠੇ ਨੇ। ਪਹਿਲੀ ਵਾਰ ਹੋਇਆ ਕਿ ਦੋਨੇ ਇਕੱਠੀ ਬੈਠੇ ਨੇ ਕਿ ਸਾਡੀ ਫਸਲ ਤਾਂ ਚੱਕ ਕੇ ਲੈ ਜਾਓ, ਖਰੀਦ ਤਾਂ ਲਓ। ਸੋ ਇਸ ਕਰਕੇ ਇਹ ਪ੍ਰਸ਼ਾਸਨ ਦਾ ਜਿਹੜਾ ਤੇ ਨਾਲ ਪੰਜਾਬ ਸਰਕਾਰ ਦਾ ਜਿਹੜਾ ਇਹ ਜਲੂਸ ਇੱਥੇ ਨਿਕਲਦਾ ਹਰੇਕ ਮੰਡੀ ਚ, ਇਕੱਲਾ ਇੱਥੇ ਨਹੀਂ, ਮਹਿਲਾ ਚੌਕ, ਸ਼ੇਰੋ, ਉਭਾਲ, ਵੱਡੀਆਂ ਮੰਡੀਆਂ, ਜਖੇਪਲ, ਸ਼ਾਹਜਲੀ, ਆਹੀ ਹਾਲ ਹੈ। ਕਿਤੇ ਬਾਰਦਾਨਾ ਹੈ ਨੀ, ਤੇ ਹੁਣ ਬਾਰਦਾਨਾ ਹੀ ਨਹੀਂ ਹੋਊਗਾ ਤਾਂ ਫਿਰ ਇਹਨੂੰ ਬੋਰੀਆਂ ਚ ਪਾ ਕੇ ਲੈ ਕੇ ਕਿੱਥੇ ਜਾਵਾਂਗੇ? ਕਿੰਨੇ ਕੁ ਦਿਨ ਅਸੀਂ ਹੋਰ ਉਡੀਕ ਕਰ ਲਾਂਗੇ? ਤਾਂ ਅਸਮਾਨ ਚ ਦੇਖ ਦੇਖ ਕੇ ਰੱਬਾ ਅੱਜ ਦਾ ਦਿਨ ਕਢਾ ਦੇ, ਕੱਲ ਦਾ ਦਿਨ ਕਢਾ ਦੇ। ਸੋ ਬਹੁਤ ਸਖ਼ਤ ਐਕਸ਼ਨ ਦੀ ਲੋੜ ਹੈ। ਮੈਂ ਅੱਜ DC ਨਾਲ ਵੀ ਜਾ ਕੇ ਮੀਟਿੰਗ ਕਰਦਾ, ਤੇ ਨਾਲ ਮੈਂ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਨੇ, ਮੈਂ ਉਹਨਾਂ ਨਾਲ ਵੀ ਗੱਲ ਕਰਦਾ ਕਿ ਕਣਕ ਪਈ ਹੈ, ਸੁੱਕੀ ਪਈ ਹੈ, ਉਹ ਇਹ ਚ ਕਿਹੜਾ ਕੋਈ ਮੋਇਸਚਰ ਦੀ ਕੋਈ ਚੈਕਿੰਗ ਦੀ ਲੋੜ ਹੈ? ਤੁਸੀਂ ਚੱਕ ਤਾਂ ਲਓ ਯਾਰ, ਇੱਕ ਪਾਸੇ ਤਾਂ ਅੱਗਾਂ ਵੀ ਲੱਗ ਗਈਆਂ, 350 ਕਿੱਲਾ ਤਾਂ ਢੀਂਸਾ ਤੇ ਜਲੂਰ ਸੜ ਗਿਆ ਲਹਿਰ ਗਾ ਕੇ ਕੋਲੇ, ਇੱਧਰ ਪਕਰਾਲੇ ਕਿ ਨਹੀਂ ਨੁਕਸਾਨ ਹੋਇਆ, ਛਾਜ ਵੀ ਨੁਕਸਾਨ ਹੋਇਆ, ਟਰੈਕਟਰ ਸੜ ਕੇ ਵਿੱਚ। ਇੱਕ ਪਾਸੇ ਸੜੀ ਜਾਂਦੇ ਹਾਂ, ਇੱਕ ਪਾਸੇ ਇੱਧਰ ਰੋਲੀ ਜਾਂਦੇ ਹਾਂ, ਉੱਧਰ ਦਿੱਲੀ ਰੋਲੀ ਜਾਂਦੇ ਹਾਂ। ਮਤਲਬ ਸਮਝ ਨਹੀਂ ਆਉਂਦੀ ਯਾਰ ਕਿ ਕਿਹੜੀ ਕਿਹੜੀਆਂ ਗੱਲਾਂ ਦੇ ਬਦਲੇ ਸਾਥੋਂ ਲੈਂਦੇ ਨੇ। ਇੱਕ ਪਾਸੇ ਸਾਨੂੰ ਅੰਨਦਾਤਾ ਕਹਿ ਦਿੰਦੇ ਨੇ, ਸੋ ਅੰਨਦਾਤਾ ਤਾਂ ਹੁੰਦਾ ਜਿਹੜਾ ਦਾਤਾਂ ਵੰਡਦਾ, ਇੱਥੇ ਭਿਖਾਰੀ ਬਣਾ ਕੇ ਰੱਖਦੇ। ਸਰਕਾਰ ਦੇ ਇਸ ਐਕਸ਼ਨ ਦੀ ਸਖ਼ਤ ਸ਼ਬਦਾਂ ਦੀ ਨਿੰਦਾ ਕਰਦਾ, ਤੇ ਨਾਲ ਮੈਂ ਆਪ ਐਕਸ਼ਨ ਲੈ ਕੇ ਸੰਗਰੂਰ ਦੀਆਂ ਸਾਰੀਆਂ ਮੰਡੀਆਂ ਬਾਰਦਾਨੇ ਦਾ ਮੈਂ ਆਪ ਜਾਇਜ਼ਾ ਲੈ ਰਿਹਾ। ਮੈਂ ਆਪ ਜਾ ਰਿਹਾ, ਚੀਮਾ ਸਾਹਿਬ ਗਿੜਬੇ ਦੀਆਂ ਮੰਡੀਆਂ ਜਾ ਰਹੇ ਨੇ, ਤੇ ਸਾਡੇ ਬਰਨਾਲੇ ਵਾਲੇ MLA, ਮਹਿਲਕਲ ਵਾਲੇ MLA ਆਪਦੀਆਂ ਮੰਡੀਆਂ ਜਾ ਰਹੇ। ਸਾਡਾ ਫਰਜ਼ ਬਣਦਾ, ਸਾਨੂੰ ਵੋਟਾਂ ਪਾ ਕੇ ਇਹਨਾਂ ਨੇ ਕਹਾਂ ਗੱਲ ਕਰਨ ਵਾਸਤੇ ਭੇਜਿਆ, ਔਰ ਮੈਂ ਤਾਂ ਗੱਲ ਵੀ ਸਾਰਿਆਂ ਸਾਹਮਣੇ ਕਰਦਾ। ਮੈਂ ਤਾਂ ADC ਨਾਲ ਗੱਲ ਕੀਤੀ ਹੈ ਕਿ ਭਾਈ ਇੱਥੇ ਆ ਹਾਲ ਹੈ, ਉਹ ਕਹਿੰਦੇ ਅਸੀਂ ਕਰਾਉਂਦੇ ਹਾਂ, ਜੇ ਤਾਂ ਸ਼ਾਮ ਤੱਕ ਹੋ ਗਿਆ।